ਤੇ ਪੰਗਾ ਉਹਨਾਂ ਕ ਲੈਣਾ ਚਾਹੀਦਾ ਜਿੰਨਾ ਕ ਬੰਦਾ ਝੱਲਦਾ ਹੋਵੇ। ਇੱਜ਼ਤ ਜ਼ਰੂਰੀ ਆ ਕਿਉਂਕਿ ਸਮਾਂ ਹਰੇਕ ਦਾ ਆਉਂਦਾ, ਤੁਸੀਂ ਸਮਝਦੇ ਹੋ। ਸਾਡੇ ਕਲਾਕਾਰ ਖਾਸੇ ਕਈ ਬਦਮਾਸ਼ ਬਣ ਕੇ ਕਲਾਕਾਰ ਘੱਟ ਰਹਿ ਗਏ। ਐਵੇਂ ਬਿਨਾਂ ਗੱਲੋਂ ਬੜਕਾਂ ਮਾਰੀਆਂ ਵੀ ਆ ਜਾ ਦੇਖ ਲੈਂਦੇ, ਆ ਜਾ ਯੇ ਕਰ ਦਿੰਦੇ, ਆ ਜਾ ਵੋ ਕਰ ਦਿੰਦੇ ਆ, ਕੋਈ ਫਾਇਦਾ ਹੈ ਯਾਰ? ਮੈਂ ਯੇ ਕਰਤਾ, ਮੈਂ ਵੋ ਕਰਤਾ, ਤੇਥੋਂ ਡੱਕਾ ਨੀ ਹੋਣਾ। ਪਹਿਲਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਤੇ ਦੋਸਤ ਜੌਲ। ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਜਾਂ ਮੁੱਦਾ ਗਰਮ ਹੋਇਆ ਰਹਿੰਦਾ ਤੇ ਇਸੇ ਤਰ੍ਹਾਂ ਹੀ ਸਿੱਪੀ ਗੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿੱਥੇ ਕਿ ਬੀਤੀ ਦਿਨ ਸਿੱਪੀ ਗੱਲ ਤੇ ਸਿੱਧੂ ਮੂਸੇਵਾਲ ਦਾ ਮੁੱਦਾ ਕਾਫੀ ਜ਼ਿਆਦਾ ਗਰਮ ਹੋਇਆ ਸੀ ਤੇ ਉੱਥੇ ਇੱਕ ਦੂਜੇ ਨੂੰ ਉਹਨਾਂ ਨੇ ਕਾਫੀ ਜ਼ਿਆਦਾ ਤੱਤੇ ਰਿਪਲਾਈ ਵੀ ਕੀਤੇ ਸੀ। ਜਿੱਥੇ ਕਿ ਹੁਣ ਇਹ ਮੁੱਦਾ ਠੰਡਾ ਹੋਇਆ ਤੇ ਉੱਥੇ ਇੱਕ ਵਾਰ ਫਿਰ ਸਿੱਪੀ ਗੱਲ ਨੇ ਰਿਪਲਾਈ ਕੀਤਾ ਇਹ ਸਿੱਧੂ ਮੂਸੇਵਾਲੇ ਨੂੰ, ਤੇ ਸਿੱਧੂ ਮੂਸੇਵਾਲੇ ਨੂੰ ਕੀ ਰਿਪਲਾਈ ਕੀਤਾ, ਆਓ ਇੱਕ ਝਲਕ ਮਾਰਦੇ ਹਾਂ ਸਿੱਪੀ ਗੱਲ ਦੀ ਵੀਡੀਓ ਦੇ ਵੱਲ। ਤੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਿਸ ਸਿੰਗਰ ਦੇ ਫੈਨ ਹੋ, ਸਿੱਪੀ ਗੱਲ ਦੇ ਜਾਂ ਫਿਰ ਸਿੱਧੂ ਮੂਸੇਵਾਲੇ ਦੇ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਤੇ ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਓ ਇੱਕ ਝਲਕ ਮਾਰਦੇ ਹਾਂ ਵੀਡੀਓ ਦੇ ਵੱਲ। ਵੈਸੇ ਵੀ ਮੈਨੂੰ ਲੱਗਦਾ ਕਿ ਇੱਜ਼ਤ ਜ਼ਰੂਰੀ ਆ ਕਿਉਂਕਿ ਸਮਾਂ ਹਰੇਕ ਦਾ ਆਉਂਦਾ, ਤੁਸੀਂ ਸਮਝਦੇ ਹੋ। ਤੇ ਪੰਗਾ ਉਹਨਾਂ ਕ ਲੈਣਾ ਚਾਹੀਦਾ ਜਿੰਨਾ ਕੁ ਬੰਦਾ ਝੱਲਦਾ ਹੋਵੇ। ਸਾਡੇ ਕਲਾਕਾਰ ਖਾਸੇ ਕਈ ਬਦਮਾਸ਼ ਬਣ ਕੇ ਕਲਾਕਾਰ ਘੱਟ ਰਹਿ ਗਏ। ਅਸਲ ਦੇ ਵਿੱਚ ਗਾਇਕੀ ਕਿੰਨੀ ਜ਼ਿਆਦਾ ਸੋਹਣੀ ਸੀ ਯਾਰ, ਸੋਹਣੇ ਗਾਣੇ ਗਾਉਂਦੇ ਸੀ, ਘਰਾਂ ਨੂੰ ਜਾਂਦੇ ਸੀ। ਹੁਣ ਐਵੇਂ ਬਿਨਾਂ ਗੱਲੋਂ ਬੜਕਾਂ ਮਾਰੀ ਜਾਣੀਆਂ ਵੀ ਆ ਜਾ ਦੇਖ ਲੈਂਦੇ, ਆ ਜਾ ਯੇ ਕਰ ਦਿੰਦੇ, ਆ ਜਾ ਵੋ ਕਰ ਦਿੰਦੇ ਆ, ਕੋਈ ਫਾਇਦਾ ਹੈ ਯਾਰ? ਹੈ ਨਾ, ਤੁਸੀਂ ਸਾਨੂੰ ਉੱਨੀ ਕੁ ਪਰਮਿਸ਼ਨ ਦਿਆ ਕਰੋ ਜਿੰਨੇ ਤੇ ਸਾਡੇ ਕਲਾਕਾਰ ਵਿਗੜ ਨਾ, ਸਿਰਫ ਉੱਨੀ ਕੁ ਪਰਮਿਸ਼ਨ ਦਿਆ ਕਰੋ। ਚੜ ਚੜਾਂ ਨਾਲ ਕੰਮ ਸਟੈਂਡ ਆਉਂਦੇ ਨੇ, ਇਹ ਵੀ ਤੂੰ ਅਜ਼ਮਾਲ ਵੀ। ਸਟੈਂਡ ਕਿਹਨੂੰ ਕਹਿੰਦੇ ਆ? ਚੜਤ ਨਾਲੋਂ ਕੰਮ ਸਟੈਂਡ ਆਉਂਦੇ ਨੇ, ਮਤਲਬ ਗੱਲ ਉੱਨੀ ਕੁ ਕਰੋ ਕਿ ਬਾਅਦ 'ਚ ਮਾਫੀਆਂ ਨਾ ਮੰਗਣੀਆਂ ਪੈਣ। ਜੇ ਫਿਰ ਮੂੰਹੋਂ ਨਿਕਲ ਗਈ ਤਾਂ ਨਿਕਲ ਗਈ, ਜਾਂ ਤਾਂ ਕੱਢੋ ਨਾ, ਜੇ ਕੱਢਦੇ ਆ ਫਿਰ ਮਾਫੀ ਨਾ ਮੰਗੋ।